ਬਹੁਤ ਸਾਰੇ ਲੋਕ ਸਾਨੂੰ ਮੱਤਵਾਦੀ ਕਹਿੰਦੇ ਨੇ। 26 ਜਨਵਰੀ ਤੋਂ ਬਾਅਦ ਲੋਕਾਂ ਨੇ ਸਾਨੂੰ ਦੇਸ਼ ਦੇ ਖਿਲਾਫ਼ ਦਾ ਫਰਮਾਨ ਵੀ ਸੁਣਾ ਦਿੱਤਾ, ਕਿਉਂਕਿ ਜਿਹਨਾਂ ਲੋਕਾਂ ਦੇ ਕੋਲ ਖੁਦ ਦੇਸ਼ ਪ੍ਰਸਤੀ ਦੇ ਬਾਰੇ 'ਚ ਕਹਿਣ ਨੂੰ ਕੁਛ ਨਹੀਂ, ਉਹ ਅੱਜ ਕੱਲ੍ਹ ਸਾਡੇ ਵਰਗੇ ਲੋਕਾਂ ਦੇ ਖਿਲਾਫ਼ ਬੋਲਦੇ ਨੇ, ਖੂਬ IT ਸਾਹਿਤ ਪ੍ਰਚਾਰ ਕਰਦੇ ਨੇ, ਸਾਨੂੰ ਬਦਨਾਮ ਕਰਦੇ ਨੇ, ਪਰ ਅਸੀਂ ਪਰਵਾਹ ਨਹੀਂ ਕਰਦੇ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ, ਸਾਡੇ ਬਾਰੇ 'ਚ ਕਿਹਾ ਜਾਂਦਾ ਸੀ ਦੇਸ਼ ਵਿਰੋਧੀ ਆ ਜੀ, ਉਹ ਅੱਤਵਾਦੀ, ਵੱਖਵਾਦੀ। ਅਸੀਂ ਹਮੇਸ਼ਾ ਮਾਨਵਤਾ ਦੀ ਸੇਵਾ ਕਰਨ ਵਾਲੇ ਲੋਕ। ਆ ਜੋ ਤੁਸੀਂ ਦੇਖ ਰਹੇ ਜੇ ਨਾ, ਇਹ ਵਰਲਡ ਦੀ ਬੈਸਟ ਸੀਮੈਂਟਸ ਦੀ CT ਸਕੈਨ। ਇਹ CT ਸਕੈਨ ਗੁਰਦੁਆਰਾ ਬੰਗਲਾ ਸਾਹਿਬ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਦਰ 'ਤੇ ਲੱਗ ਰਹੀ ਹੈ। ਸ੍ਰੀ ਹਰਕ੍ਰਿਸ਼ਨ 'ਤੇ ਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ, ਦੁੱਖਾਂ ਦਾ ਨਿਵਾਰਨ ਕਰਨ ਵਾਲਾ ਸਥਾਨ ਆ ਔਰ ਮਾਨਵਤਾ ਦੀ ਸੇਵਾ ਕਰਨ ਵਾਲਾ ਸਥਾਨ ਆ। ਇੱਥੇ ਨਾ ਤੇਜ਼ਰ ਧਰਮ ਦੇਖਿਆ ਜਾਂਦਾ, ਨਾ ਆਜ਼ਾਦ ਦੇਖੀ ਜਾਂਦੀ ਆ, ਅਤੇ ਨਾ ਹੀ ਕਿਸੇ ਦਾ ਰਾਸ਼ਨ ਕਾਰਡ ਦੇਖਿਆ ਜਾਂਦਾ ਅਮੀਰੀ ਗਰੀਬੀ ਵਾਸਤੇ, ਔਰ ਨਾ ਹੀ ਕਿਸੇ ਦਾ ਪੈਨ ਕਾਰਡ ਦੇਖਿਆ ਜਾਂਦਾ ਕਿਉਂਕਿ ਆਮਦਨ ਕਿੰਨੀ ਆ, ਔਰ ਨਾ ਹੀ ਕਿਸੇ ਦਾ ਆਧਾਰ ਕਾਰਡ ਦੇਖਦੇ ਕਿਉਂ ਧਰਮ ਕੀ ਆ। ਇੱਕ ਹੀ ਧਰਮ ਆ ਮਾਨਵਤਾ ਦੀ ਸੇਵਾ, ਉਹਦੇ 'ਤੇ ਅਸੀਂ ਡੱਟ ਕੇ ਪਹਿਰਾ ਦਿੰਦੇ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ ਇਹ MRI ਦੀ ਮਸ਼ੀਨ, ਇਸੇ ਤਰੀਕੇ CT ਸਕੈਨ ਆ, ਮੈਂ ਤੁਹਾਨੂੰ ਦਿਖਾ ਰਿਹਾ MRI ਦੀ ਮਸ਼ੀਨ ਆ, ਇਹ MRI ਆ, ਇਹ ਵੀ ਸੀਮੈਂਟਸ ਦੀ ਜਰਮਨ ਤੋਂ ਇੰਪੋਰਟ ਕੀਤੀ ਆ, ਵਰਲਡ ਦੀ ਇਸ ਵੇਲੇ ਦੀ ਬੈਸਟ MRI ਲਗਾ ਰਹੇ ਹਾਂ। ਇਹ ਵੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੋ ਤੁਸੀਂ ਦੇਖ ਰਹੇ ਜੇ, ਇਹ ਜ਼ਰੂਰਤਮੰਦ ਲੋਕਾਂ ਦਾ ਰਾਜ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਇਹ ਸਾਨੂੰ ਵੱਖਵਾਦੀ, ਅੱਤਵਾਦੀ ਕਹਿੰਦੇ ਆ, ਜੇ ਕੋਈ ਸੱਚੀ ਸੇਵਾ ਕਰਦਾ ਅੱਜ ਉਹ ਗੁਰੂ ਦਾ ਸਿੱਖ ਆ। ਮੈਂ ਉਹਨਾਂ ਲੋਕਾਂ ਵਾਸਤੇ ਵੀਡੀਓ ਪਾ ਰਿਹਾ, ਦੇਖ ਲਿਓ ਜੀ, 50 ਰੁਪਏ 'ਚ MRI ਹੋਣੀ ਇੱਥੇ, 50 ਰੁਪਏ 'ਚ ਸੁਣ ਕੇ ਝਟਕਾ ਲੱਗਾ ਹੋਊਗਾ, 50 ਰੁਪਏ 'ਚ MRI ਕਰਾਂਗੇ, ਔਰ ਫਿਰ ਵੀ ਤੁਸੀਂ ਸਾਨੂੰ ਮਾੜਾ ਕੋ ਕਹੀ ਚੱਲੋ, ਕਿਉਂਕਿ ਸਾਨੂੰ ਤੁਹਾਡੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ। ਸਾਡਾ ਫਰਜ਼ ਆ ਮਾਨਵਤਾ ਦੀ ਸੇਵਾ ਕਰਨਾ, ਹੁਣ ਤੁਹਾਨੂੰ ਇਸ ਤੋਂ ਅੱਗੇ ਵੀ ਦਿਖਾਉਂਦੇ ਹਾਂ, ਫੁੱਲੀ ਡਿਜੀਟਲ ਐਕਸਰੇ ਏਰੀਆ ਦੇ ਅੰਦਰ, ਫੁੱਲੀ ਡਿਜੀਟਲ, ਫੁੱਲੀ ਜਿਹੜਾ ਇਹ CT ਸਕੈਨਰ, ਔਰ ਫਿਰ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਦੇਸ਼ ਦਾ ਸਭ ਤੋਂ ਵੱਡਾ ਡਾਇਲਿਸਿਸ ਸੈਂਟਰ ਬਣਾਉਣ ਜਾ ਰਹੇ ਹਾਂ, 100 ਡਾਇਲਿਸਿਸ ਮਸ਼ੀਨਾਂ ਦੇ ਨਾਲ, ਦੇਸ਼ ਦਾ ਸਭ ਤੋਂ ਵੱਡਾ ਡਾਇਲਿਸਿਸ ਸੈਂਟਰ। ਸਾਡੀਆਂ ਮਾਨਵਤਾ ਦੇ ਪ੍ਰਤੀ ਸੇਵਾਵਾਂ ਨੇ, ਇਸੇ ਕਰਕੇ ਅੱਜ ਦੇਸ਼ 'ਚ ਲੋਕਾਂ ਨੇ ਗੱਲ ਪਤਾ ਹੈ ਕਿ ਜਦੋਂ IT ਸੈੱਲ ਵਾਲੇ ਗੰਦ ਪਾਉਂਦੇ ਨੇ ਨਾ, ਲੋਕਾਂ ਨੂੰ ਪਤਾ ਹੈ ਕਿ ਝੂਠ ਔਰ ਫਰੋਡ ਕਰਦੇ ਪਏ ਨੇ, ਕਿ ਕੌਮ ਦੀ ਸੱਚੀ ਸੇਵਾ ਕਰਨ ਵਾਲੇ ਲੋਕ ਨੇ। ਮੈਨੂੰ ਉਮੀਦ ਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ, ਉਹਨਾਂ ਨੂੰ ਜਵਾਬ ਦਿਓਗੇ ਜਿਹੜੇ ਤੁਹਾਨੂੰ ਬਦਨਾਮ ਕਰਨ ਨੂੰ ਘੁੰਮਦੇ ਆ। 1,00,000 ਕੋਸ਼ਿਸ਼ਾਂ ਕਰ ਲਓ, ਤੁਹਾਨੂੰ ਬਦਨਾਮ ਨਹੀਂ ਕਰ ਸਕਦੇ। ਮਾਨਵਤਾ ਦੀ ਸੇਵਾ ਅਗਰ ਕਿਸੇ ਨੇ ਕੋਵਿਡ 'ਚ ਪਹਿਰਾ ਦੇ ਕੇ ਕੀਤੀ ਆ, ਤਾਂ ਦੁਨੀਆ ਭਰ 'ਚ ਸਿੱਖਾਂ ਨੇ। ਕਿਤੇ ਹੜ੍ਹ ਆ ਜੇ, ਕਿਤੇ ਸੋਕਾ ਪੈ ਜੇ, ਕਿਤੇ ਕੁਛ ਵੀ ਹੋ ਜੇ, ਸਿੱਖ ਸਭ ਤੋਂ ਅੱਗੇ ਖੜ੍ਹੇ ਹੁੰਦੇ ਨੇ। ਔਰ ਜੇ ਅੱਜ ਅਸੀਂ ਆਪਣੇ ਲੋਕਾਂ ਦੀ ਜ਼ਮਾਨਤ ਕਰਾਉਣ ਚਲੇ ਗਏ, ਆਪਣੇ ਲੋਕਾਂ ਨੂੰ ਕੋਰਟ ਕਚਹਿਰੀਆਂ ਦੇ ਅੰਦਰ ਜਾ ਕੇ ਅੰਦਾਜ਼ ਕਰਨ ਚਲੇ ਗਏ, ਆਪਣੇ ਲੋਕਾਂ ਨੂੰ ਗਰਮ ਕੱਪੜੇ ਦੇ ਦਿੱਤੇ ਜੇਲ੍ਹ ਅੰਦਰ, ਤੇ ਹਾਹਾਕਾਰ ਮਚਾਇਆ ਮੀਡੀਆ ਦੇ ਚੈਨਲਾਂ ਨੇ, ਗੰਦ ਪਾਉਣਾ ਸ਼ੁਰੂ ਕਰ ਦਿੱਤਾ ਵੀ ਹਾਂ 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 ਹਾਂ, ਇਹ ਗੱਲ ਕੀਤੀ ਤੇ ਕੀਤੀ ਕਿਉਂ, ਕਿਉਂ ਤੁਸੀਂ ਇਹਨਾਂ ਨੂੰ ਅੰਦਾਜ਼ ਕਰ ਰਹੇ? ਆਪਣੇ ਭਰਾਵਾਂ ਨਾਲ ਖੜੇ ਹਾਂ, ਡੱਟ ਕੇ ਖੜੇ ਰਵਾਂ। ਸੋ ਇਹ ਜੋ ਤੁਸੀਂ ਦੇਖ ਰਹੇ ਜੇ, ਇਹ ਵਰਲਡ ਕਲਾਸ ਡਿਜੀਟਲ, ਫੁੱਲੀ ਡਿਜੀਟਲ ਐਕਸਰੇ ਆ ਜੀ। ਤੁਸੀਂ ਦੇਖੋਗੇ ਮਸ਼ੀਨ ਦੇ ਅੰਦਰ, ਬਸ ਤੁਸੀਂ ਇੱਥੇ ਐਕਸਰੇ ਲੈਣਾ ਹੈ, ਔਰ ਨਾਲ ਦੀ ਨਾਲ ਹੀ ਤੁਹਾਡਾ ਕੰਪਿਊਟਰ ਅੰਦਰ ਦਾ ਪ੍ਰਿੰਟ ਆਊਟ ਨਿਕਲ ਆਉਣਾ ਹੈ। ਇਹ ਜਿਹੜੀਆਂ ਸਾਰੀਆਂ ਸੇਵਾਵਾਂ ਨੇ, ਇਹ ਮਾਨਵਤਾ ਅਤੇ ਸੇਵਾ ਪ੍ਰਤੀ ਜਿਹੜੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇਸ਼ ਔਰ ਦੁਨੀਆਂ ਦੇ ਲੋਕਾਂ ਦੀਆਂ ਇਹ ਕੰਟਰੀਬਿਊਸ਼ਨ ਸਦਕੇ ਕਰ ਰਹੀ ਹੈ। ਮੈਂ ਤੁਹਾਨੂੰ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਇੱਥੇ ਕੰਟਰੀਬਿਊਟ ਕਰਦੇ ਨੇ, ਉਹ ਮਸ਼ੀਨਾਂ ਜਿਹੜੀਆਂ ਨੇ, 8-10 ਕਰੋੜ ਰੁਪਏ ਦੀਆਂ ਮਸ਼ੀਨਾਂ ਜਿਹੜੀਆਂ ਭੇਜੀਆਂ ਗਈਆਂ ਨੇ, ਇਹ ਪਰਿਵਾਰਾਂ ਵੱਲੋਂ ਲਗਾਈਆਂ ਗਈਆਂ ਨੇ। ਔਰ ਮੈਨੂੰ ਦੱਸਦੇ ਹਾਂ, ਇਹ ਵੀ ਤੁਹਾਨੂੰ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਦੀ ਭਾਵਨਾ ਕਿੰਨੀ ਹੋਊਗੀ, ਕੋਈ ਸਿੱਖ ਨਹੀਂ, ਕੋਈ ਉਹਨਾਂ ਨੇ ਸਿੱਕੇ ਔਰ ਉਹਨਾਂ ਨੇ ਦਸਤਾਰ ਨਹੀਂ ਸਜਾਈ, ਭਾਵੇਂ ਕਿ ਉਹ ਪਰਿਵਾਰਾਂ ਹਿੰਦੂ ਪਰਿਵਾਰ ਤੋਂ ਨੇ, ਪਰ ਉਹਨਾਂ ਦੀ ਭਾਵਨਾ ਇਹ ਆ ਕਿ ਅਗਰ ਗੁਰੂ ਘਰ 'ਚ ਚੀਜ਼ਾਂ ਲੱਗਣਗੀਆਂ ਤਾਂ ਇਹ ਸਹੀ ਜਗ੍ਹਾ 'ਤੇ ਹੋਣਗੀਆਂ, ਸਹੀ ਲੋਕਾਂ ਦੇ ਕੰਮ ਮੇ ਆਉਣਗੀਆਂ। ਇੰਨੀ ਭਾਵਨਾ ਔਰ ਸ਼ਿੱਦਤ ਨਾਲ ਲੋਕ ਗੁਰੂ ਘਰਾਂ 'ਤੇ ਵਿਸ਼ਵਾਸ ਕਰਦੇ ਆ। ਸੋ ਮੈਂ ਜ਼ਰੂਰ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਡਾਇਲਿਸਿਸ ਸੈਂਟਰ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ, ਇਹ ਵਿਸ਼ਵ ਪੱਧਰੀ ਡਾਇਲਿਸਿਸ ਸੈਂਟਰ ਜਿਹੜਾ ਗੁਰਦੁਆਰਾ ਬਾਲਾ ਸਾਹਿਬ ਸਥਿਤ ਬਾਲਾ ਸਾਹਿਬ ਹੋਸਪਿਟਲ 'ਚ ਬਹੁਤ ਸਾਲਾਂ ਤੋਂ ਵਿਵਾਦਾਂ ਦੇ ਘਿਰਿਆ ਰਿਹਾ, ਉਹਦੇ ਅੰਦਰ ਇਹ ਵਰਲਡ ਕਲਾਸ ਡਾਇਲਿਸਿਸ ਸੈਂਟਰ, ਇੰਡੀਆ ਦਾ ਸਭ ਤੋਂ ਵੱਡਾ ਯੂਨੀਕ ਉਹਦੇ ਅੰਦਰ ਆ, ਔਰ ਵਰਲਡ ਦੀਆਂ ਬੈਸਟ ਮਿਸ਼ਨਾਂ ਦੇ ਨਾਲ ਉਹ ਡਾਇਲਿਸਿਸ ਸੈਂਟਰ ਖੋਲ੍ਹਣ ਜਾ ਰਹੇ ਹਾਂ। ਸੋ ਮੈਨੂੰ ਉਮੀਦ ਆ ਕਿ ਜਿਹੜੇ ਲੋਕ ਸਾਡੇ ਤੇ ਸਵਾਲ ਚੁੱਕਦੇ ਨੇ, ਜ਼ਰੂਰ ਉਹਨਾਂ ਦਾ ਜਵਾਬ ਮਿਲ ਰਿਹਾ ਹੋਊਗਾ। ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ, ਔਰ ਲੋਕਾਂ ਨੂੰ ਦੱਸਿਓ ਜੇ ਅਸੀਂ ਕੌਣ ਹਾਂ ਔਰ ਸਾਨੂੰ ਕੀ ਸਾਬਤ ਕਰਨਾ ਚਾਹੁੰਦੇ ਨੇ, ਔਰ ਅਸੀਂ ਉਹਨਾਂ ਦੇ ਇਹਨਾਂ ਮਨਸੂਬਿਆਂ ਨੂੰ ਹਰ ਸੂਰਤ ਅੰਦਰ ਫੇਲ ਕਰਾਂਗੇ, ਨਾਕਾਮ ਕਰਕੇ ਛੱਡਾਂਗੇ।